ਸੰਘਣੀ ਧੁੰਦ ਦੇ ਕਾਰਨ ਜਿੱਥੇ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਨੇ, ਉੱਥੇ ਹੀ ਹੁਣ ਤਾਜ਼ਾ ਮਾਮਲਾ ਮੁਕੇਰੀਆਂ ਤੋਂ ਸਾਹਮਣੇ ਆਇਆ, ਜਿੱਥੇ ਕਿ ਧੁੰਦ ਦੇ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਕਿਹਾ ਜਾ ਰਿਹਾ ਕਿ ਇੱਕ ਕੈਂਟਰ ਚਾਲਕ ਦੀ ਗਲਤੀ ਕਈ ਗੱਡੀਆਂ ਦੇ ਉੱਤੇ ਭਾਰੀ ਪਈ ਹੈ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜੋ ਕੈਂਟਰ ਦਾ ਚਾਲਕ ਹੈ ਉਹ ਆਪਣੀ ਗੱਡੀ ਨੂੰ ਮੋੜਨ ਲੱਗਿਆ ਸੀ, ਪਰ ਅਚਾਨਕ ਹੀ ਉਸਨੇ ਗੱਡੀ ਦਾ ਬੈਕ ਗੇਅਰ ਲਗਾ ਕੇ ਉਸਨੂੰ ਸੜਕ ਦੇ ਵਿਚਾਲੇ ਖੜਾ ਕਰ ਦਿੱਤਾ। ਹਾਲਾਂਕਿ ਜੋ ਪਿੱਛੇ ਗੱਡੀਆਂ ਆ ਰਹੀਆਂ ਸੀ ਉਹਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਅਤੇ ਇੱਕ ਤੋਂ ਬਾਅਦ ਇੱਕ ਕਰਕੇ ਕਈ ਗੱਡੀਆਂ ਉਸ ਕੈਂਟਰ ਦੇ ਨਾਲ ਜਾ ਟਕਰਾਈਆਂ ਨੇ, ਜਿਸ ਤੋਂ ਬਾਅਦ ਤਸਵੀਰਾਂ ਵੀ ਇਸ ਹਾਦਸੇ ਦੀਆਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਗੱਡੀਆਂ ਨੇ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਅਤੇ ਗੱਡੀਆਂ ਦੇ ਮਾਲਕਾਂ ਦਾ ਭਾਰੀ ਨੁਕਸਾਨ ਹੋਇਆ। ਤਾਂ ਮਾਮਲਾ ਇਹ ਮੁਕੇਰੀਆਂ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਧੁੰਦ ਇਸ ਦੀ ਵਜ੍ਹਾ ਬਣੀ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਕੈਂਟਰ ਚਾਲਕ ਦੀ ਵੀ ਕਿਤੇ ਨਾ ਕਿਤੇ ਗਲਤੀ ਜ਼ਰੂਰ ਸਾਹਮਣੇ ਆਈ ਹੈ। ਜਿਸ ਤਰੀਕੇ ਦੇ ਨਾਲ ਜਾਣਕਾਰੀ ਹਾਸਲ ਹੋਈ ਹੈ, ਕਿਹਾ ਜਾ ਰਿਹਾ ਕਿ ਉਸਨੇ ਅਚਾਨਕ ਹੀ ਗੱਡੀ ਦਾ ਬੈਕ ਗੇਅਰ ਲਗਾ ਕੇ ਉਸਨੂੰ ਸੜਕ ਦੇ ਵਿਚਾਲੇ ਖੜਾ ਕਰ ਦਿੱਤਾ, ਜਿਸ ਤੋਂ ਬਾਅਦ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਲਾਂਕਿ ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਆਪਣੀ ਲਿਮਿਟ ਦੀ ਸਪੀਡ ਤੇ ਧੁੰਦ ਵੀ ਲੱਗ ਪਈ ਸੀ, ਲਿਮਿਟ ਦੀ ਸਪੀਡ ਚਲੇ ਇੱਕ ਕੈਂਟਰ ਵਾਲੇ ਨੇ ਬੈਕ ਗੇਅਰ ਲਾ ਕੇ ਰੋਡ ਦੇ ਗੱਬੇ ਖੜੀ ਕਰਤੀ, ਗੱਡੀ ਕੰਟਰੋਲ ਕਰਨ ਨੂੰ ਮੌਕਾ ਹੀ ਨਹੀਂ ਮਿਲਿਆ ਜੀ। ਦੂਜੀਆਂ ਕਾਰਾਂ ਪਿੱਛੇ ਚਲੇ ਦੀ ਉਹਨਾਂ ਨੂੰ ਬਚਾਉਂਦੇ ਬਚਾਉਂਦੇ ਆਪਣੀ ਗੱਡੀ ਉੱਤੇ ਪਿੱਛੇ ਡਾਲੇ ਜੀ ਲੱਗ ਗਈ। ਪਤਾ ਕੋਈ ਨਹੀਂ ਜੀ, ਇੱਥੇ ਦੱਬਿਆ ਬੈਕ ਕਰਦਾ ਵੀ ਹੈ ਜੀ। ਅੱਛਾ ਅੱਛਾ, ਦੱਬਿਆ ਕਰਦਾ ਜੀ। ਅੱਛਾ, ਜਿੱਦਾਂ ਉੱਧਰੋਂ ਗੱਡੀ ਆਈ ਨਾ ਉਹ ਇੱਧਰ ਮੋੜਦਾ ਜੀ, ਜੇ ਉੱਧਰੋਂ ਗੱਡੀ ਆਈ ਕਹਿੰਦਾ ਉਨੀ ਜਗਦਮ ਬੈਕ ਕਰਤਾ, ਇਹ ਦੂਜੀ ਗੱਡੀ ਉਹਦੇ ਮਗਰ ਵੱਜੀ ਵਿੱਚ, ਕਹਿੰਦਾ ਮੇਰੀ ਉਹਦੇ ਮਗਰ। ਕਿੰਨੇ ਗੱਡੀ ਵੱਜੀ ਸੰਘਣੀ ਧੁੰਦ ਦੇ ਕਾਰਨ ਜਿੱਥੇ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਨੇ, ਉੱਥੇ ਹੀ ਹੁਣ ਤਾਜ਼ਾ ਮਾਮਲਾ ਮੁਕੇਰੀਆਂ ਤੋਂ ਸਾਹਮਣੇ ਆਇਆ, ਜਿੱਥੇ ਕਿ ਧੁੰਦ ਦੇ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਕਿਹਾ ਜਾ ਰਿਹਾ ਕਿ ਇੱਕ ਕੈਂਟਰ ਚਾਲਕ ਦੀ ਗਲਤੀ ਕਈ ਗੱਡੀਆਂ ਦੇ ਉੱਤੇ ਭਾਰੀ ਪਈ ਹੈ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜੋ ਕੈਂਟਰ ਦਾ ਚਾਲਕ ਹੈ ਉਹ ਆਪਣੀ ਗੱਡੀ ਨੂੰ ਮੋੜਨ ਲੱਗਿਆ ਸੀ, ਪਰ ਅਚਾਨਕ ਹੀ ਉਸਨੇ ਗੱਡੀ ਦਾ ਬੈਕ ਗੇਅਰ ਲਗਾ ਕੇ ਉਸਨੂੰ ਸੜਕ ਦੇ ਵਿਚਾਲੇ ਖੜਾ ਕਰ ਦਿੱਤਾ। ਹਾਲਾਂਕਿ ਜੋ ਪਿੱਛੇ ਗੱਡੀਆਂ ਆ ਰਹੀਆਂ ਸੀ ਉਹਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਅਤੇ ਇੱਕ ਤੋਂ ਬਾਅਦ ਇੱਕ ਕਰਕੇ ਕਈ ਗੱਡੀਆਂ ਉਸ ਕੈਂਟਰ ਦੇ ਨਾਲ ਜਾ ਟਕਰਾਈਆਂ ਨੇ, ਜਿਸ ਤੋਂ ਬਾਅਦ ਤਸਵੀਰਾਂ ਵੀ ਇਸ ਹਾਦਸੇ ਦੀਆਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਗੱਡੀਆਂ ਨੇ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਅਤੇ ਗੱਡੀਆਂ ਦੇ ਮਾਲਕਾਂ ਦਾ ਭਾਰੀ ਨੁਕਸਾਨ ਹੋਇਆ। ਤਾਂ ਮਾਮਲਾ ਇਹ ਮੁਕੇਰੀਆਂ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਧੁੰਦ ਇਸ ਦੀ ਵਜ੍ਹਾ ਬਣੀ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਕੈਂਟਰ ਚਾਲਕ ਦੀ ਵੀ ਕਿਤੇ ਨਾ ਕਿਤੇ ਗਲਤੀ ਜ਼ਰੂਰ ਸਾਹਮਣੇ ਆਈ ਹੈ। ਜਿਸ ਤਰੀਕੇ ਦੇ ਨਾਲ ਜਾਣਕਾਰੀ ਹਾਸਲ ਹੋਈ ਹੈ, ਕਿਹਾ ਜਾ ਰਿਹਾ ਕਿ ਉਸਨੇ ਅਚਾਨਕ ਹੀ ਗੱਡੀ ਦਾ ਬੈਕ ਗੇਅਰ ਲਗਾ ਕੇ ਉਸਨੂੰ ਸੜਕ ਦੇ ਵਿਚਾਲੇ ਖੜਾ ਕਰ ਦਿੱਤਾ, ਜਿਸ ਤੋਂ ਬਾਅਦ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਲਾਂਕਿ ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਆਪਣੀ ਲਿਮਿਟ ਦੀ ਸਪੀਡ ਤੇ ਧੁੰਦ ਵੀ ਲੱਗ ਪਈ ਸੀ, ਲਿਮਿਟ ਦੀ ਸਪੀਡ ਚਲੇ ਇੱਕ ਕੈਂਟਰ ਵਾਲੇ ਨੇ ਬੈਕ ਗੇਅਰ ਲਾ ਕੇ ਰੋਡ ਦੇ ਗੱਬੇ ਖੜੀ ਕਰਤੀ, ਗੱਡੀ ਕੰਟਰੋਲ ਕਰਨ ਨੂੰ ਮੌਕਾ ਹੀ ਨਹੀਂ ਮਿਲਿਆ ਜੀ। ਦੂਜੀਆਂ ਕਾਰਾਂ ਪਿੱਛੇ ਚਲੇ ਦੀ ਉਹਨਾਂ ਨੂੰ ਬਚਾਉਂਦੇ ਬਚਾਉਂਦੇ ਆਪਣੀ ਗੱਡੀ ਉੱਤੇ ਪਿੱਛੇ ਡਾਲੇ ਜੀ ਲੱਗ ਗਈ। ਪਤਾ ਕੋਈ ਨਹੀਂ ਜੀ, ਇੱਥੇ ਦੱਬਿਆ ਬੈਕ ਕਰਦਾ ਵੀ ਹੈ ਜੀ। ਅੱਛਾ ਅੱਛਾ, ਦੱਬਿਆ ਕਰਦਾ ਜੀ। ਅੱਛਾ, ਜਿੱਦਾਂ ਉੱਧਰੋਂ ਗੱਡੀ ਆਈ ਨਾ ਉਹ ਇੱਧਰ ਮੋੜਦਾ ਜੀ, ਜੇ ਉੱਧਰੋਂ ਗੱਡੀ ਆਈ ਕਹਿੰਦਾ ਉਨੀ ਜਗਦਮ ਬੈਕ ਕਰਤਾ, ਇਹ ਦੂਜੀ ਗੱਡੀ ਉਹਦੇ ਮਗਰ ਵੱਜੀ ਵਿੱਚ, ਕਹਿੰਦਾ ਮੇਰੀ ਉਹਦੇ ਮਗਰ। ਕਿੰਨੇ ਗੱਡੀ ਵੱਜੀ? 200 ਮਿੰਟ।